ਤਲਜੀਤ ਦਸਾਂਝ ਦਾ ਪਿੰਡ ਆ ਜੀ ਇਹ ਇਹ ਪਿੰਡ ਦੀਆਂ ਗਲੀਆਂ ਤਲਜੀਤ ਦਸਾਂਝ ਦੇ ਪਿੰਡ ਦੀਆਂ ਗਲੀਆਂ ਤਲਜੀਤ ਦਸਾਂਝ ਦੇ ਪਿੰਡ ਦੇ ਵਿੱਚ ਕਿਹੜੇ ਮੁੱਦਿਆਂ ਤੇ ਪਿੰਡ ਦਾ ਮੋਤਵਾ ਪਿੰਡ ਦਾ ਮੋਰੀ ਪਿੰਡ ਦਾ ਸਰਪੰਚ ਚੁਣਿਆ ਜਾਣਾ ਸਾਡੇ ਪਰਿਵਾਰ ਦੇ ਵਿੱਚੋਂ ਹੀ ਆ ਸਾਡੇ ਚਾਚਾ ਜੀ ਦਾ ਬੇਟਾ ਆ ਉਹ ਕਿਊਟ ਜਹਾ ਜਦੋਂ ਸਾਡੇ ਨਾਲ ਖੇਲਣਾ ਉਹਨੇ ਮਗਰ ਦੌੜੇ ਫੈਨਾ ਗੰਨੇ ਜੂਪਣੇ ਇਦਾਂ ਤੇ ਇਦਾਂ ਦੀਆਂ ਚੀਜ਼ਾਂ ਲੈ ਕੇ ਛੱਲੀਆਂ ਚੱਬਣੀਆਂ ਪੰਚਾਇਤ ਵੱਲੋਂ ਸਾਡੇ ਪਿੰਡ ਮਹੱਲੇ ਦੇ ਲਈ 1 ਰੁਪਿਆ ਨਹੀਂ ਲੱਗਿਆ ਉਹਨਾਂ ਨੇ ਜਿਹੜਾ ਇੱਕ ਉਹ ਸਿਚੀਵਲ ਪਲਾਂਟ ਲਗਾਇਆ ਉਹਦਾ ਮੇਡਾ ਕਰਕੇ ਕੋਇਆ ਉਹਦੇ ਵਿੱਚ ਸਰਪੰਚ ਸਾਹਿਬ ਦਾ ਘਰ ਪੈਂਦਾ ਉਹਦੇ ਅੱਗੇ ਜਿਹੜੀ ਐਂਟਰਲੌਕ ਲੱਗ ਚੁੱਕੀ ਆ ਉਹ ਜਿਹੜੀਆਂ ਪਿੰਡ ਦੀਆਂ ਗਲੀਆਂ ਨਾਲੀਆਂ ਚਾਹੀਦੀਆਂ ਸੀਵਾਨੀਆਂ ਹਲੇ ਤੱਕ ਉਹ ਨਹੀਂ ਬਣੀ ਆਈਆਂ। 올ਡਾ ਸਾਡਾ ਸ਼ਮਸ਼ਾਨ ਘਾਟਾ ਜੇ ਤੁਸੀਂ ਜਾ ਕੇ ਦੇਖੋ ਤਰਸਯੋਗ ਹਾਲਤ ਹੈ। ਬਹੁਤ ਕੋਸ਼ਿਸ਼ ਕੀਤੀ ਸੀ ਪਰ ਸੰਝਾ ਬਣ ਗਿਆ ਸਰਪੰਚ। ਦੂਜੀ ਧਰਨਾ ਕੀਤੀ ਨਹੀਂ ਕੋਸ਼ਿਸ਼। ਉਹ ਪਹਿਲਾਂ ਮੰਨ ਗਏ ਮੰਨ ਗਏ ਆਵਾਜ਼ ਮੁਕਰ ਗਏ। ਅਸੀਂ ਇਸ ਵੇਲੇ ਮੌਜੂਦ ਹਾਂ ਜੀ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਦੁਸਾਂਝ ਕਲਾ ਦੇ ਵਿੱਚ ਜੀ ਹਾਂ ਦੁਸਾਂਝ ਕਲਾ ਕਹਿਣ ਦੇ ਨਾਲ ਹੀ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਜੀ ਹਾਂ ਦਲਜੀਤ ਦੁਸਾਂਝ ਦਾ ਪਿੰਡ ਹੈ ਜੀ ਇਹ ਤੇ ਪਿੰਡ ਦੀਆਂ ਗਲੀਆਂ ਦਲਜੀਤ ਦੁਸਾਂਝ ਦੇ ਪਿੰਡ ਦੀਆਂ ਗਲੀਆਂ ਜਿੱਥੇ ਛੋਟਾ ਹੁੰਦਾ ਦਲਜੀਤ ਦੁਸਾਂਝ ਇਹਨਾਂ ਗਲੀਆਂ 'ਚ ਖੇਡਦਾ ਵੀਰਿਆ ਹੋਵੇਗਾ ਪਰ ਅੱਜ ਦੁਨੀਆ ਭਰ ਦੇ ਵਿੱਚ ਇੱਕ ਵੱਡਾ ਨਾਮ ਬਣ ਕੇ ਉੱਭਰਿਆ ਦਲਜੀਤ ਦੁਸਾਂਝ ਅੱਜ ਉਸ ਨੂੰ ਕੌਣ ਨਹੀਂ ਜਾਣਦਾ ਪਰ ਇਸੇ ਪਿੰਡ ਦੇ ਵਿੱਚ ਉਸ ਦੀਆਂ ਜੜ੍ਹਾਂ ਨੇ ਉਹਨਾਂ ਦਾ ਆਪਣਾ ਘਰ ਹੈ ਉਹਨਾਂ ਦੇ ਸਕੇ ਸੰਬੰਧੀ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਪਰ ਅੱਜ ਗੱਲ ਦੁਸਾਂਝ ਕਲਾਂ ਦੀ ਸਿਆਸਤ ਦੀ ਵੀ ਕਰਨੀ ਆ ਸਰਪੰਚੀ ਚੋਣਾਂ ਨੇ ਪੰਚ ਸਰਪੰਚ ਬਣਾਉਣ ਨੂੰ ਲੈ ਕੇ ਸਾਰਾ ਜ਼ੋਰ ਲੱਗ ਰਿਹਾ ਤੇ ਫਿਰ ਦਲਜੀਤ ਦੁਸਾਂਝ ਦੇ ਪਿੰਡ ਦੇ ਵਿੱਚ ਕਿਹੜੇ ਮੁੱਦਿਆਂ ਤੇ ਪਿੰਡ ਦਾ ਮੋਤਵਾਰ ਪਿੰਡ ਦਾ ਮੋਰੀ ਪਿੰਡ ਦਾ ਸਰਪੰਚ ਚੁਣਿਆ ਜਾਣਾ ਪਿੰਡ ਦੇ ਲੋਕ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਈ ਜੀ ਕੋਲ ਚਲਦੇ ਆ ਭਾਈ ਜੀ ਦਲਜੀਤ ਦਸਾਈਂ ਦੀ ਮੈਂ ਗੱਲ ਕੀਤੀ ਆ ਹਾਂਜੀ ਭਾਈ ਕਿੰਨਾ ਕੁ ਜਾਣਦੇ ਆ ਉਹਦੇ ਬਾਰੇ ਭਾਜੀ ਅਸੀਂ ਨਿੱਕੇ ਹੁੰਦੇ ਉਹਨਾਂ ਨੂੰ ਖੁਲਾਉਦੇ ਰਹੇ ਆ ਹਾਂਜੀ ਤੇ ਸਾਡੇ ਪਰਿਵਾਰ ਦੇ ਵਿੱਚੋਂ ਹੀ ਆ ਸਾਡੇ ਚਾਚਾ ਜੀ ਦਾ ਬੇਟਾ ਆ ਉਹ ਅੱਛਾ ਹਾਂਜੀ ਤੇ ਘਰ ਵੀ ਸਾਡੇ ਇਕੱਠੇ ਰਹੇ ਆ ਤੇ ਹਵੇਲੀਆਂ ਵੀ ਉੱਥੇ ਸਾਡੀ ਕੋਠੀ ਦੇ ਨਾਲ ਹੀ ਉਹਨਾਂ ਦੀ ਹਵੇਲੀ ਆ ਹਾਂਜੀ ਹੁਣ ਇਸ ਟਾਈਮ ਉਹਦੇ ਡੈਡੀ ਜੀ ਹੁਣੀ ਵੀ ਇੱਥੇ ਰਹੇ ਆ ਸਾਡੇ ਕੋਲ ਬਹੁਤ ਹੁਣ ਇਲਾਜ ਕਰਾਉਣ ਵਾਸਤੇ ਉੱਥੇ ਬਾਹਰ ਗਏ ਹੋਏ ਆ ਇੰਗਲੈਂਡ अच्छा ਦਲਜੀਤ ਦੇ ਪਰਿਵਾਰ ਦੇ ਵਿੱਚ ਅਸੀਂ ਕੌਣ ਕੌਣ ਹੈ ਜੀ ਉਹਦੇ ਮੰਮੀ ਡੈਡੀ ਤੇ ਉਹਦਾ ਬ੍ਰਦਰ ਸਾਜਨਿਆ ਤੇ ਉਹਨਾਂ ਦੀ ਭੈਣ ਸਿਮਮੀ ਹੈ ਹਾਂਜੀ ਤੇ ਭਰਾ ਤੇ ਭੈਣ ਉਹ ਕਿੱਥੇ ਰਹਿੰਦੇ ਨੇ ਭਰਾ ਕਿੱਥੇ ਰਹਿੰਦਾ ਉਹ ਇੰਗਲੈਂਡ ਰਹਿੰਦੇ ਆ ਹਾਂਜੀ ਦੋਨੇ ਭਾਜੀ ਭਰਾ ਵੀ ਇੰਗਲੈਂਡ ਆ ਤੇ ਸਿਸਟਰ ਵੀ ਇੰਗਲੈਂਡ ਹੀ ਆ ਹਾਂਜੀ ਅੱਛਾ ਤੇ ਦਲਜੀਤ ਕਿਉਂਕਿ ਤੁਸੀਂ ਤਾਂ ਫਿਰ ਉਹਨੂੰ ਨਿੱਕੇ ਹੁੰਦੇ ਤੋਂ ਵੇਖਿਆ ਵਿਚਰਿਆ ਉਹਦੇ ਨਾਲ ਕਿਹੇ ਜਾ ਮੁੰਡਾ ਕਿਉਂਕਿ ਜਦੋਂ ਅਸੀਂ ਦੇਖਦੇ ਆ ਜਿਹੜੀਆਂ ਉਹਦੀਆਂ ਵੀਡੀਓ ਵਗੈਰਾ ਆਉਂਦੀਆਂ ਬੜਾ ਖੁਸ਼ਮੁਜਾਜ਼ ਆ ਨਜ਼ਰ ਆਉਂਦਾ ਪਰ ਇੱਕ ਜਦੋਂ ਸਟਾਰ ਬਣ ਜਾਂਦਾ ਬੰਦਾ ਤਾਂ ਉਹਦੇ ਬਾਰੇ ਅਸਲੀ ਤਾਂ ਤੁਸੀਂ ਲੋਕ ਜਾਣਦੇ ਹੋ ਵੈਸੇ ਕਿਦਾਂ ਦਾ ਹੀ ਨੇਚਰ ਸੁਭਾਅ ਕਿਦਾਂ ਦਾ ਨਹੀਂ ਉਹਦਾ ਸੁਭਾਅ ਉਹ ਵਧੀਆ ਸੀ ਪਹਿਲਾਂ ਤੋਂ ਹੀ ਉਹ ਜਦੋਂ ਨਿੱਕਾ ਹੁੰਦਾ ਵੀ ਜਦੋਂ ਬਹੁਤ ਕਿਊਟ ਯਾਰ ਜਦੋਂ ਸਾਡੇ ਨਾਲ ਖੇਲਣਾ ਉਹਨੇ ਮਗਰ ਦੌੜੇ ਫੈਨਾ ਗੰਨੇ ਜੂਪਣੇ ਇਦਾਂ ਤੇ ਇਦਾਂ ਦੀਆਂ ਚੀਜ਼ਾਂ ਲੈ ਕੇ ਛੱਲੀਆਂ ਚੱਬਣੀਆਂ ਜਿੱਦਾਂ ਅਸੀਂ ਲਾ ਲੈਣੀ ਉੱਥੇ ਧੂਣੀ ਜਾਈ ਤਾਂ ਉੱਥੇ ਛੱਲੀਆਂ ਭੁੰਨਣੀਆਂ ਤੇ ਚੱਬਣੀਆਂ ਇਦਾਂ ਸ਼ਰਾਰਤੀ ਸ਼ਰੂਤੀ ਵੀ ਸੀ ਨਹੀਂ ਸ਼ਰਾਰਤੀ ਇੰਨਾ ਨਹੀਂ ਸੀਗਾ ਫੇਰ ਵੀ ਜਦੋਂ ਠੀਕ ਸੀਗਾ ਹਾਂਜੀ ਤਾਂ ਇਹਦਾ ਦੌੜੋ ਭੱਜਾ ਸਾਡੇ ਮਗਰ ਫਿਰਦਾ ਰਹਿਣੇ ਹਾਂਜੀ ਅੱਜ ਕਦੇ ਸੋਚਿਆ ਸੀ ਵੀ ਦਲਜੀਤ ਦਸਾਂਜ ਐਡਾ ਵੱਡਾ ਨਾਮ ਬਣ ਜੂਗਾ ਵੀ ਤੁਹਾਡੇ ਪਿੰਡ ਨੂੰ ਦਲਜੀਤ ਦੇ ਨਾਮ ਨਾਲ ਜਾਣਿਆ ਜਾਣ ਲੱਗ ਜੂਗਾ ਹਾਂਜੀ ਭਾਜੀ ਇਹ ਨਹੀਂ ਕਦੇ ਸੋਚਿਆ ਸੀਗਾ ਇਦਾਂ ਕਿਉਂਕਿ ਉਹ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਜਿੱਦਾਂ ਉਹਦੇ ਡੈਡੀ ਸੀਗੇ ਪੰਜਾਬ ਰੋਡੋਵੇਜ ਦੀ ਵਿੱਚ ਡਿਊਟੀ ਕਰਦੇ ਸੀ ਤਾਂ ਉਹਨੂੰ ਬਹੁਤ ਬਾਹਰ ਖੇਲਣ ਨੂੰ ਘੱਟ ਜਿੱਦਾਂ ਸਮਾਂ ਦਿੱਤਾ ਜਾਂਦਾ ਸੀ ਫੇਰ ਵੀ ਚਲੋ ਜਿੰਨਾ ਕਿ ਚਿਹਰੇ ਆਉਂਦਾ ਸੀਗਾ ਜਿੱਦ ਵਿੱਚ ਦਾ ਜਿੱਦਾਂ ਇਦਾਂ ਸੀਗਾ ਕਿ ਉਹਨੂੰ ਡਿਸਿਪਲਨ ਦੇ ਚ ਰਹਿਣਾ ਪੈਂਦਾ ਸੀਗਾ ਜ਼ਿਆਦਾ ਹਾਂਜੀ ਇੱਕ ਦੁਸਾਂਝਾਂ ਪਿੰਡ ਤੋਂ ਕੱਲਾ ਦਲਜੀਤ ਨਹੀਂ ਹੋਰ ਵੀ ਬੜੇ ਨਾਮ ਹੋਏ ਆ ਬੇ ਜੀ ਅੱਛਾ ਹੋਰ ਕਿਹੜੇ-ਕਿਹੜੇ ਐਸੇ ਵੱਡੇ ਚਿਹਰੇ ਹੋਏ ਆ ਜਿਨ੍ਹਾਂ ਦੇ ਨਾਮ ਨਾਲ ਦੁਸਾਂਝ ਦਾ ਨਾਮ ਵੱਡਾ ਹੋਇਆ ਦੁਸਾਂਝ ਕਲਾਂ ਸਾਨੂੰ ਮਾਣ ਹੈ ਕਿ ਦੁਸਾਂਝ ਕਲਾਂ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਆ ਅਕਾਲੀ ਪੱਤਰਕਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਗੁਆਸੀ ਅਮਰ ਸਿੰਘ ਦੂਸਾਨ ਜੀ ਉਹਨਾਂ ਦੇ ਨਾਂ ਤੇ ਜਿਹੜਾ ਉਹ ਦੂਸਾਨ ਚਕਲਾਂ ਜਦੋਂ ਫਗਵਾੜੇ ਤੋਂ ਆਪਾਂ ਨਹਿਰ ਤੋਂ ਮੁੜਦੇ ਆ ਦੂਸਾਂਜਾਂ ਨੂੰ ਆਉਂਦੇ ਆ ਉੱਥੇ ਯਾਦਗਾਰੀ ਦੇ ਵਿੱਚ ਇੱਕ ਗੇਟ ਬਣਿਆ ਹੋਇਆ ਤੇ ਉਜਵਲ ਦੂਸਾਨ ਜਿਹੜੇ ਸਾਡੇ ਬ੍ਰਿਟਿਸ਼ ਕਲੰਬੂਆ ਦੇ ਜਿਹੜੇ ਮੁੱਖ ਮੰਤਰੀ ਬਣੇ ਸੀਗੇ ਉਹ ਵੀ ਸਾਡੇ ਪਿੰਡ ਦਾ ਮਾਣ ਆ ਔਰ ਸਾਨੂੰ ਦਲਜੀਤ ਦੂਸਾਨ ਤੇ ਵੀ ਬਹੁਤ ਮਾਣ ਆ ਕਿ ਉਹ ਵਰਲਡ ਦੇ ਵਿੱਚ ਉਹ ਸਾਡੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਨੇ ਜੀ ਉਜਵਲ ਦੂਸਾਨ ਜੀ ਤੁਹਾਡੇ ਪਿੰਡ ਤੋਂ ਜਾ ਕੇ ਬੀਸੀ ਦੇ ਵਿੱਚ ਕੈਨੇਡਾ ਚ ਮੁੱਖ ਮੰਤਰੀ ਬਣੇ ਬਿਲਕੁਲ ਜੀ ਬਿਲਕੁਲ ਮੁੱਖ ਮੰਤ ਦੇ ਵਿੱਚ ਜਿਹੜੇ ਸਾਡੇ ਨਾਲ ਪਲਵਿੰਦਰ ਸਿੰਘ ਦੁਸਾਂਜ ਖੜੇ ਆ ਜੇ ਗੱਲ ਕਰੀਏ ਗਦਰੀ ਬਾਬਿਆਂ ਦੀ ਤਾਂ ਇਹਨਾਂ ਦੇ ਪਰਿਵਾਰ ਦੇ ਬਹੁਤ ਹੀ ਸ਼ਰਹਾਤਾਂ ਦਿੱਤੀਆਂ ਇਹਨਾਂ ਦੇ ਬਾਬਾ ਜੀ ਪ੍ਰਦਾਦਾ ਜੀ ਉਹਨਾਂ ਦੇ ਵਿੱਚ ਇਹਨਾਂ ਦੇ ਨਾਂ ਹੈਗੇ ਆ ਤਾਂ ਸਾਨੂੰ ਬੜੀ ਵੱਡੀ ਗੱਲ ਹੈ ਜੀ ਕਿ ਦੁਸਾਂਜ ਪਿੰਡ ਨੂੰ ਇੰਨੇ ਵੱਡੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਤਾਂ ਪਿੰਡ ਦੇ ਤੁਸੀਂ ਵੱਡਿਓ ਜੀ तकरीबन ਜ਼ਿਆਦਾਤਰ ਵੱਡੇ ਲੱਗ ਰਹੇ ਸਾਰੇ ਤੋਂ ਤਾਂ ਕੀ ਲੱਗਦਾ ਤੁਹਾਨੂੰ ਕਿ ਪਿੰਡ ਦੀ ਸਿਆਸਤ ਦੀ ਆਪਾਂ ਗੱਲ ਕਰਦੇ ਹਾਂ सरपंच जी ਜਿਹੜੀ ਹੈ ਸਰਪੰਚ ਜਿਹੜਾ ਚੁਣਨਾ ਹੈ ਉਹ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਹੈ ਕਿ ਪਿੰਡ ਦਾ ਸਰਪੰਚ ਇਹੋ ਜਿਹਾ ਹੋਣਾ ਚਾਹੀਦਾ ਇਹਨਾਂ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਹਾਂਜੀ ਉਹ ਸਾਰੇ ਮਤਲਬ ਦੇਖਣਾ ਚਾਹੀਦਾ ਉਹਨਾਂ ਨੂੰ ਚੰਗੇ ਸੁਭਾ ਦਾ ਹੋਵੇ ਡਿਵੈਲਪਮੈਂਟ ਕਰਾਉਣ ਵਾਲਾ ਹੋਵੇ ਇਦਾਂ ਦੇ ਮੁੱਦਿਆਂ ਤੇ ਉੱਤਰਦਾ ਹੋਵੇ ਵਧੀਆ ਹੋਵੇ ਅਚ ਇੱਕ ਸਰਪੰਚੀ ਦੇ ਵਿੱਚ ਰਾਜਨੀਤੀ ਕਿਤੇ ਕਿਤੇ ਵੜ ਜਾਂਦੀ ਹੈ ਪਾਰਟੀ ਬਾਜੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਪਿੰਡ ਦੇ ਵਿੱਚ ਪਾਰਟੀ ਬਾਜੀ ਹੈ ਕਿ ਬਚਤ ਹੈ ਨੇ ਪਾਰਟੀਬਾਜੀ ਤਾਂ ਹੈ ਜੀ ਪਰ ਪਾਰਟੀ ਨੂੰ ਛੱਡ ਕੇ ਇਹ ਕੰਮ ਕਰਨਾ ਚਾਹੀਦਾ ਸਰਪੰਚੀ ਬਣਾਉਣੀ ਚਾਹੀਦੀ ਮੈਂ ਤਾਂ ਇਸ ਹੱਕ 'ਚ ਹਾਂ ਤਾਂ ਬਿਲਕੁਲ ਪਾਰਟੀ ਬਾਈ ਤੋਂ ਉੱਪਰ ਉੱਠਣਾ ਚਾਹੀਦਾ ਬਾਈ ਜੀ ਜਿਵੇਂ ਤੁਹਾਡੇ ਪਰਿਵਾਰ ਦਾ ਤਾਂ ਨਾਂ ਇਹਨਾਂ ਨੇ ਦੱਸਿਆ ਕਿ ਬੜੇ ਸੰਘਰਸ਼ੀ ਪਰਿਵਾਰ ਦੇ ਨਾਲ ਤੁਸੀਂ ਤਾਲੁਕ ਰੱਖਦੇ ਆ ਅੱਛਾ ਕੀ ਲੱਗਦਾ ਹੈ ਕਿ ਅਸੂਜੇ ਦਸਾਂਜ ਕਲਾ ਦੇ ਮੁੱਦੇ ਕੀ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਡਿਵੈਲਪਮੈਂਟ ਹੈ ਲੱਗਦਾ ਹੈ ਕਿ ਇਹ ਹੋਣੀ ਚਾਹੀਦੀ ਆ ਜਾਂ ਹੋਣੀ ਚਾਹੀਦੀ ਸੀ ਤੇ ਹੋਈ ਨਹੀਂ ਤੇ ਹੁਣ ਹੋ ਜੇ ਜੀ ਬਿਲਕੁਲ ਦੇਖੋ ਤੁਸੀਂ ਦੇਖ ਰਹੇ ਆ ਗਲੀਆਂ ਨਾਲੀਆਂ ਦਾ ਕੀ ਹਾਲ ਹੈ ਸੋ ਇੱਕ ਇਹਨਾਂ ਨੇ ਸਰਪੰਚ ਸਾਹਿਬ ਨੇ ਮੌਜੂਦਾ ਸਰਪੰਚ ਸਾਹਿਬ ਜਿਹੜੇ ਸੀ ਸਾਡੇ ਸਰਦਾਰ ਮੱਖਣ ਸਿੰਘ ਜੀ ਬੜੇ ਸਾਡੇ ਰਿਸਪੈਕਟਡ ਨੇ ਪਰ ਉਹਨਾਂ ਨੇ ਜਿਹੜਾ ਇੱਕ ਉਹ ਸਿਚੇਵਲ ਪਲਾਂਟ ਲਗਾਇਆ ਉਹਦਾ ਵੇੜਾ ਕਰਕੇ ਕੋਇਆ ਉਹ ਸਹੀ ਤਰੀਕੇ ਨਾਲ ਚੱਲ ਨਹੀਂ ਰਿਹਾ ਜਿੱਦਾਂ ਪਹਿਲਾਂ ਪਾਣੀ ਛੱਪੜੇ ਦੇ ਵਿੱਚ ਜਾਂਦਾ ਸੀ ਅੱਜ ਵੀ ਉਸੇ ਤਰ੍ਹਾਂ ਜਾਂਦਾ ਹੈ ਕਈ ਗਲੀਆਂ ਨਾਲੀਆਂ ਜਿਹੜੀਆਂ ਉਹ ਬਣਨ ਵਾਲੀਆਂ ਦਿੰਦੀਆਂ ਆ ਜਿਹੜੀਆਂ ਦੋ ਦੋ ਪੇਪਰਾਂ ਵਿੱਚ ਬਣ ਚੁੱਕੀਆਂ ਪਰ ਹਾਲੇ ਤੱਕ ਉਹ ਕੰਪਲੀਟ ਨਹੀਂ ਹੋਈਆਂ ਅਜਿਹੀ ਗੱਲਾਂ ਪਹਿਲਾਂ ਸੁਣਦੇ ਹੁੰਦੇ ਸੀ ਕਾਗਜ਼ਾਂ ਵਿੱਚ ਸੜ ਕੇ ਗਈਆਂ ਤੇ ਐਸੀ ਅਜੇ ਤੁਹਾਡੇ ਪਿੰਡ ਚ ਵੀ ਹੈਗੇ ਅੱਜ ਵੀ ਅੱਜ ਵੀ ਉਹ ਹੈਗੇ ਉੱਥੇ ਹੈਗਾ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਬਗੈਰ ਇੱਕ ਪੁੱਡਾ ਇੰਪਰੂਵਡ ਕਲੋਨੀ ਹੈ ਹਾਲਕੇ ਉਹਦੇ ਉਹ ਇੰਪਰੂਵਡ ਨਹੀਂ ਹੈਗੀ ਉਹਦੇ ਵਿੱਚ ਸਰਪੰਚ ਸਾਹਿਬ ਦਾ ਘਰ ਪੈਂਦਾ ਉਹਦੇ ਅੱਗੇ ਜਿਹੜੀ ਐਂਟਰਲੌਕ ਲੱਗ ਚੁੱਕੀ ਆ ਉਹ ਜਿਹੜੀਆਂ ਪਿੰਡ ਦੀਆਂ ਗਲੀਆਂ ਨਾਲੀਆਂ ਚਾਹੀਦੀਆਂ ਸੀ ਬਾਣੀਆਂ ਹਲੇ ਤੱਕ ਉਹ ਨਹੀਂ ਬਣੀਆਂ ਹੈਗੀਆਂ ਅੱਛਾ ਵਿਕਾਸ ਤਾਂ ਹੋਇਆ ਪਰ ਕਿਸੇ ਹੋਰ ਪਾਸੇ ਹੋ ਗਿਆ ਇਸੇ ਪਾਸੇ ਉਹਨਾਂ ਦੇ ਆਪਣੇ ਘਰ ਅੱਗੇ ਕਿ ਮੈਂ ਕਹਿ ਸਕਦਾ ਐਵੇਂ ਝੂਠ ਨਹੀਂ ਬੋਲਦਾ ਭਾਵੇਂ ਉਹਨਾਂ ਨੂੰ ਪੁੱਛ ਲਓ ਇਸ ਕੱਲ੍ਹ ਦੀ ਮਰਜਾ ਲੈ ਲਓ ਉਹਨਾਂ ਦੀ ਸੋ ਬਹੁਤ ਹੀ ਅੱਛਾ ਸਾਡਾ ਪਿੰਡ ਵਾ ਜੀ ਰਣਵੀਰ ਦਸਾਂ ਸਾਡਾ ਸਿੰਗਰ ਹੋਇਆ ਦਲਜੀਤ ਦਸਾਂ ਦੇ ਨਾਂ ਨਾਲ ਸਾਡਾ ਪਹਿਲਾ ਬਾਬਾ ਬੋਡ ਹੋਇਆ ਜੀ ਜਿਹਦਾ ਨਾਂ ਜਨੈਤ ਸਿੰਘ ਦਸਾਂ ਹੈ ਜੂ ਕੇ ਸਾਥੀ ਗਰੁੱਪ ਦਾ ਉਹ ਸੀਗਾ ਸਿੰਗਰ ਜੀ ਤੇ ਰਣਵੀਰ ਦਸਾਂਜ ਵੈਨਟ ਦਸਾਂਜ ਜੋ ਰਾਈジング 스타 ਦੇ ਵਿੱਚ ਉਹ ਪਹਿਲੇ ਨੰਬਰ ਤੇ ਆਇਆ ਸੀਗਾ ਤੇ ਉਹ ਵੀ ਸਾਡੇ ਪਿੰਡ ਤੋਂ ਬਲੌਕ ਕਰਦਾ ਜੀ ਪਵਿੱਤਰ ਦਸਾਂਜ ਦੀ ਗੱਲ ਕਰੀਏ 400 ਮੀਟਰ ਦੇ ਵਿੱਚ ਔਰ ਰਲੇ ਦੇ ਵਿੱਚੋਂ ਮਿਨੀ ਏਸ਼ੀਆ ਚੋ 골ਡ ਮੈਡਲਿਸਟ ਆ ਜੀ ਬਹੁਤ سارے ਚਿਹਰੇ ਹੈਗੇ ਆ ਸ਼ਸ਼ੀਲ ਦਸਾਂਜ ਉੱਗਾ ਪੱਤਰਕਾਰ ਆ ਜੀ ਤੁਸੀਂ ਜਾਣਦੇ ਹੋਣੇ ਉਹਨੂੰ ਸ਼ਾਇਦ ਠੀਕ ਚੰਡੀਗੜ੍ਹ ਰਹਿੰਦਾ ਉਹਦਾ ਰਸਾਲਾ ਵੀ ਸ਼ਬਦਾ ਹੁਣ ਜਿਹਨੂੰ ਪੰਜਾਬੀ ਸਹਿਤ ਸਵਾ ਤੋਂ ਦਿੱਲੀ ਤੋਂ ਪਹਿਲੇ ਨੰਬਰ ਦਾ ਦਰਜਾ ਮਿਲਿਆ ਸੋ ਬਹੁਤ سارے ਚਿਹਰੇ ਹੈਗੇ ਆ ਮੇਰੇ ਬਾਬਾ ਜੀ ਕਮੈਂਟ ਕਰਵਾਕਸੇ ਦਸਾਂਜ ਉਹ ਫ੍ਰੀडम फाइਟਰ ਆ ਜੀ ਔਰ ਅੱਜ ਅਸੀਂ ਵੀ ਉਸੇ ਹੀ ਜਿਹੜੇ ਰਾਤੇ ਚੱਲਦੇ ਆ ਅਸੀਂ ਚੌਨੀ ਕੀ ਪਿੰਡ ਦੀ ਡਿਵੈਲਪਮੈਂਟ ਹੋਵੇ ਪਰ ਸੱਚੇ ਮਨ ਦੇ ਨਾਲ ਹੋਵੇ ਕਿਤੇ ਨਾ ਕਿਤੇ ਮਤਭੇਦ ਨਾ ਹੋਵੇ ਇਹਦੇ ਨਾਲ ਹੋਵੇ ਸਾਰੇ ਪਾਸੇ ਹੋਵੇ ਅਜੇ ਪਿੰਡ ਦੇ ਵਿੱਚ ਭਾਈ ਜੀ ਪਿੰਡ ਚ ਸਿਆਸਤ ਕਿੰਨੀ ਘਿਪਾਰੀ ਆ ਕੀ ਪਾਰਟੀ ਬਾਜੀ ਵਾਲਾ ਮਸਲਾ ਇੱਥੇ ਵੀ ਹੈਗਾ ਜਿਹੜੇ ਉਮੀਦਵਾਰ ਖੜੇ ਕੀਤੇ ਉਹ ਆਖੋ ਪਾਰਟੀਆਂ ਦੇ ਉਹਦੇ ਚ ਝਲਕ ਪੈਂਦੀ ਆ ਕਿ ਜਿਵੇਂ ਕਹਿੰਦੇ ਆ ਕਿੰਨੀ ਨਿਰਪੱਖ ਬੰਦੇ ਨੇ ਨਿਰਪੱਖ ਕੋਈ ਨਹੀਂ ਹੈਗਾ ਸਾਰਿਆਂ ਚ ਝਲਕ ਪੈਂਦੀ ਆ ਇਹ ਤਾਂ ਨਿਰਪੱਖ ਤੌਰ ਤੇ ਚੱਲੇ ਸੀਗੇ ਸਭ ਸੰਤਰੀ ਕਰਾਉਣ ਲਈ ਸਭ ਸੰਤਰੀ ਕਰਾਉਣ ਲਈ ਅਸੀਂ ਉਹਨਾਂ ਦਾ ਇਹ ਕੈਂਡੀਡੇਟ ਚੁਣਿਆ ਸੀਗਾ ਜੋ ਕਿ ਕਾਂਗਰਸ ਪਾਰਟੀ ਨਾਲ ਟੈਟਲ ਸੀਗਾ ਉਹਨਾਂ ਚੁਣਿਆ ਸੀਗਾ ਤੇ ਉਹ ਉੱਥੇ ਵੀ ਖਰੇ ਨਹੀਂ ਉਤਰੇ ਅਸੀਂ ਤਾਂ ਕਿਹਾ ਤੋ ਤੁਹਾਡਾ ਬੰਦਾ ਹੋਊਗਾ ਤੇ ਅਸੀਂ ਸਮਰਥਨ ਕਰਾਂਗੇ ਉਹਨੂੰ ਅੱਛਾ ਚਾਹੁੰਦੇ ਸੀ ਤੁਸੀਂ ਕਿ ਨਿਰਪੱਖ ਹੋ ਜੇ ਸਰਬਸੰਮਤੀ ਹੋ ਜਾਏ ਪਰ ਗੱਲ ਬਣੀ ਨਹੀਂ ਨਹੀਂ ਗੱਲ ਨਹੀਂ ਗੱਲ ਬਣੀ ਨਹੀਂ ਅਸੀਂ ਤਾਂ ਮੀਟਿੰਗ ਵੀ ਸੱਦੀ ਸੀ ਸਾਰੇ ਗੁਰਦਵਾਰਾ ਹਾਊਸਮੈਂਟ ਕਰਾਈ ਸਾਰੇ ਪਿੰਡ ਦੇ ਵਿੱਚ ਤੇ ਪਹੁੰਚੇ ਬੰਦੇ 2:00 ਵਜੇ ਪਹੁੰਚਿਆ ਸੀ ਉਹ ਬੰਦਾ ਤੇ ਪਰ ਉਹਦੇ ਵਿੱਚ ਗੱਲ ਨਹੀਂ ਬਣੀ ਜਿਹੜੇ ਕੈਂਡੀਡੇਟ ਬਣਿਆ ਸੀਗਾ ਦੂਸਰੀ ਪਾਰਟੀ ਵੱਲੋਂ ਉਹ ਉੱਥੇ ਪਹੁੰਚੇ ਨਹੀਂ ਹੈਗੇ ਸਾਡੇ ਪਿੰਡ ਦੇ ਵਿੱਚ ਹੋਰ ਕਿਹੜੇ ਮਸਲੇ ਗਲੀਆਂ ਨਾਲੀਆਂ ਦੇ ਮਸਲੇ ਤਾਂ ਮੈਂ ਲਾਲਿਆ ਸਾਹ ਆਵੇ ਤਾਂ ਜਿੱਥੇ ਮਰਜ਼ੀ ਚਲੇ ਜਾਓ ਇਹ ਗਲੀਆਂ ਨਾਲੀਆਂ ਦਾ ਮੈਨੂੰ ਲੱਗਦਾ ਕਿ ਆਉਣ ਵਾਲੇ 20 50 ਸਾਲ ਵੀ ਇਹੀ ਮੁੱਦੇ ਰਹਿਣੇ ਗਲੀਆਂ ਨਾਲੀਆਂ ਦੇ ਮੁੱਦਿਆਂ ਦੇ ਨਾਲ-ਨਾਲ ਸਾਡੇ ਪਿੰਡ ਦੇ ਵਿੱਚ ਜਿਹੜਾ ਇੱਕ ਜਿਹੜਾ ਐਸੀ ਕਮਿਊਨਿਟੀ ਹੈਗੀ ਆ ਜਿੱਦਾਂ ਕਿ ਆ ਤੁਸੀਂ ਆ ਰੋਡ ਦੇਖ ਰਹੇ ਹੋ ਇਹ ਰੋਡ ਜਿਹੜਾ ਸਾਡੇ ਪੰਚਾਇਤ ਵੱਲੋਂ ਨਹੀਂ ਬਣਿਆ ਸਾਡੇ ਮਾਨਯੋਗ ਸਰਗੁਆਸੀ ਸੰਤੋਖ ਚੌਧਰੀ ਤੇ ਸਾਡੇ ਸਤਿਕਾਰਯੋਗ ਚਾਚਾ ਜੀ ਮਨੋਹਰ لال ਜੀ ਸਾਡੇ ਵਸਤੀ ਚੋਂ ਆ ਉਹਨਾਂ ਦੀ ਬਦੌਲਤ ਜਿਹੜੀਆਂ ਇਹ ਗਲੀਆਂ ਨਾਲੀਆਂ ਦਾ 29 ਲੱਖ ਰੁਪਈਆ ਉਹਨਾਂ ਨੂੰ ਸਿੱਧਾ ਆਇਆ ਪੰਚਾਇਤ ਤੋਂ ਬਿਨਾ ਐਮਪੀ ਫੰਡ ਚੋਂ ਬਣੀਆਂ ਇਹ ਗਲੀਆਂ ਹਾਂਜੀ ਐਮਪੀ ਕੋਟੇ ਚੋਂ ਮਨ ਰਿੱਗਾ ਤੈਤ ਜਿਹੜੀਆਂ ਗਲੀਆਂ ਨਾਲੀਆਂ ਇਹ ਸਾਡਾ ਜਿਹੜੇ ਗਲੀਆਂ ਬਣੀਆਂ ਤੇ ਇੱਕ ਪੰਚਾਇਤ ਵੱਲੋਂ ਸਾਡੇ ਪਿੰਡ ਮਹੱਲੇ ਦੇ ਲਈ 1 ਰੁਪਈਆ ਨਹੀਂ ਲੱਗਿਆ ਔਰ ਜਿਹੜਾ ਸਾਡਾ ਸ਼ਮਸ਼ਾਨ ਘਾਟ ਆ ਜੇ ਤੁਸੀਂ ਜਾ ਕੇ ਦੇ ਜਿਹੜੀਆਂ ਜਨਰਲ ਇੱਥੇ ਜਾ ਕੇ ਕੰਮ ਨਵੇੜਾ ਹੋਣਾ ਉਹ ਵੀ ਠੀਕ ਨਹੀਂ ਆ ਬਿਲਕੁਲ ਜੀ ਅਸੀਂ ਤਕਰੀਬਨ ਮੈਂ ਐਜ਼ ਅ ਪੱਤਰਕਾਰ ਮਨਰੇਗਾ ਤੱਕ ਪਹੁੰਚ ਕਰਕੇ 10 ਕਵਾਰੀ ਮੈਂ ਉਹ ਮਨਰੇਗਾ ਲਗਵਾਈਆ ਲੇਕਿਨ ਡਾਕੂਮੈਂਟ ਉਥੇ ਦਾ ਮਨਰੇਗਾ ਦੀਆਂ ਬੀਬੀਆਂ ਜਿਹੜੀਆਂ ਲੱਗਦੀਆਂ ਨੇ ਸਫਾਈ ਕਰਨ ਸਰਪੰਚ ਸਾਹਿਬ ਹਣੀ ਛੱਪੜਾਂ ਦੀ ਲਜਾਗ ਲਗਾਉਂਦੇ ਸੀ ਤੇ ਹੁਣ ਪਿੱਛੇ ਇੱਕ ਟੀਮ ਆਈ ਸੀਗੀ ਸਰਕਾਰ ਵੱਲੋਂ ਉਹਨਾਂ ਨੇ ਉਸ ਛੱਪੜ ਉਹਨੂੰ ਦੇਖ ਕੇ ਤੇ ਔਰ ਨਾਲ ਸ਼ਮਸ਼ਾਨ ਘਾੜ ਨੂੰ ਦੇਖ ਕੇ ਸਰਪੰਚ ਸਾਹਿਬ ਨੂੰ ਸ਼ਾਬਾਸ਼ ਦੇ ਕੇ ਕਹੇ ਆ ਵੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਤਾਂ ਪਿੰਡ ਦੇ ਮਸਲੇ ਉਹੀ ਨੇ ਜੀ ਪਿੰਡ ਦੇ ਮਸਲੇ ਕਦੋਂ ਹੱਲ ਹੋਣੇ ਬਈ ਜੀ ਕੀ ਲੱਗਦਾ ਕਿ ਜਿਵੇਂ ਤੁਹਾਡੇ ਪਿੰਡ ਦੀ ਐਡੀ ਵੱਡੀ ਪਛਾਣ ਆ ਐਡੇ ਐਡੇ ਵੱਡੇ ਨਾਮ ਨੇ ਤਾਂ ਪਰੇ ਪਿੰਡ ਦੇ ਮਸਲੇ ਹੱਲ ਕਦੋਂ ਹੋਣੇ ਆ ਹਾਲ ਤਾਂ ਦੇਖੋ ਜੀ ਜੇ ਨਿਰਪੱਖ ਹੋ ਕੇ ਆਪਾਂ ਸਰਪੰਚ ਚੁਣਾਂਗੇ ਤਾਂ ਫੇਰ ਇਹ ਹੀ ਮਸਲੇ ਹੱਲ ਹੋਣਗੇ ਜਿਹੜਾ ਸਾਡਾ ਨਵੀ ਪੰਚਿਆ ਇਹ ਅੱਗੇ ਪੰਜ ਵੀ ਰਹਿ ਚੁੱਕਿਆ ਹੁਣ ਅਸੀਂ ਸਰਪੰਚੀ ਦੇ ਖੜਾ ਕੀਤਾ ਆ ਤੇ ਇਹਨੇ ਨਿਰਪੱਖ ਹੋ ਕੇ ਹੀ ਜਿਹੜਾ ਵੀ ਕੰਮ ਕਰਦਾ ਆ ਕਰਦਾ ਆ ਤਾਂ ਅਸੀਂ ਤਾਂ ਇਹ ਚਾਹੁੰਦੇ ਆ ਕਿ ਅਸੀਂ ਨਿਰਪੱਖ ਦੀ ਗੱਲ ਕਰਦੇ ਆ ਪਰ ਫਿਰ ਵੀ ਚਲੋ ਤੁਸੀਂ ਇੱਕ ਪੱਖ ਦੀ ਗੱਲ ਕਰਦੇ ਹੋ ਤਾਂ ਸਭ ਨੂੰ ਇਹ ਹੀ ਲੱਗਦਾ ਹੈ ਕਿ ਜਿਹੜਾ ਬੰਦਾ ਉਹਨਾਂ ਨੇ ਸਾਹਮਣੇ ਖੜਾ ਕੀਤਾ ਉਹ ਨਿਰਪੱਖ ਆ ਪਰ ਅਸਲ ਦੇ ਵਿੱਚ ਅਪਾ ਕੀ ਸਮਝ ਗਏ ਕਿ ਕਿਹੜਾ ਬੰਦਾ ਸਾਂਝਾ ਹੋਵੇ ਸਾਂਝੇ ਕੰਮ ਕਰ ਸਕੇ ਜਿਹੜਾ ਸਰਪੰਚ ਆ ਚੁਣਿਆ ਸਾਰੇ ਪਿੰਡ ਲਈ ਜਾਣਾ ਤੇ ਸਾਰੇ ਪਿੰਡ ਨੂੰ ਆਪਣਾ ਲੱਗੇ ਸਾਂਝਾ ਲੱਗੇ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਵੀ ਸਾਂਝਾ ਬਣ ਜਾ ਸਰਪੰਚ ਦੂਜੀ ਧਰਨੇ ਕੀਤੀ ਨਹੀਂ ਕੋਸ਼ਿਸ਼ ਉਹ ਪਹਿਲਾਂ ਮੰਨ ਗਏ ਮੰਨ ਗਏ ਬਾਅਦ ਵਿੱਚ ਮੁਕਰ ਗਏ ਇਸ ਲਈ ਅਸੀਂ ਫੇ ਆਪਣਾ ਨਵੀ ਸਰਪੰਚ ਨੂੰ ਖੜਾ ਕਰ ਦਤਾ ਸਰਬਸੰਤੀ ਫਸਦੀ ਕਿਉਂ ਆ ਸਰਬਸੰਤੀ ਸਰੇ ਕਿਉਂ ਨਹੀਂ ਲੱਗਦੀ ਕਈ ਪਿੰਡਾਂ ਚ ਇਹ ਦੇਖਿਆ ਕਿ ਸਰਬਸੰਤੀ ਹੁੰਦੀ ਹੁੰਦੀ ਆਂ ਤੇ ਰਹੇ ਜੀ ਰਾਜਨੀਤੀ ਵਿੱਚ ਆ ਜਾਂਦੀ ਆ ਜਾਂ ਕੀ ਕਹਾਣੀ ਪੈ ਜਾਂਦੀ ਆ ਇਹ ਰਾਜਨੀਤੀ ਆਂਦੀ ਬਾਈ ਜੀ ਅਸੀਂ ਤਾਂ ਰਾਜਨੀਤੀ ਦੇ ਰਾਜਨੀਤੀ ਨੂੰ ਸਮਝਦੇ ਨਹੀਂ ਬੱਕ ਹੋ ਕੇ ਕੰਮ ਕਰਦੇ ਸੀਗੇ ਰਾਜਨੀਤੀ ਦੇ ਉੱਪਰ ਫੋਟ ਕੇ ਬਈ ਆਪਾਂ ਸਰਪੰਚ ਚੁਣਦੇ ਜੇ ਪਹਿਲਾਂ ਮੰਨ ਗਏ ਬਾਅਦ ਚ ਮੁਕਰ ਗਏ ਪਰ ਰਾਜਨੀਤੀ ਆ ਗਈ ਬਾਈ ਹੋਰ ਕੀ ਗੱਲ ਇੱਧਰ ਰਾਜਨੀਤੀ ਆ ਗਈ ਕਹਿੰਦੇ ਅੱਛਾ ਤੁਹਾਨੂੰ ਕੀ ਲੱਗਦਾ ਜੀ ਕਿ ਜੇ ਮੰਨ ਲਓ ਸਾਰਾ ਪਿੰਡ ਜਦੋਂ ਤੁਸੀਂ ਸਰਬਸੰਮਤੀ ਦੀ ਗੱਲ ਕਰਦੇ ਤਾਂ ਉਹ ਕਿਵੇਂ ਫੈਸਲਾ ਕਰਦੇ ਆ ਇਕੱਠੇ ਹੋ ਕੇ ਕੋਈ ਚਰਚਾ ਕਰਦੇ ਆ ਇੱਕੋ ਹੀ ਇਸ ਤਰ੍ਹਾਂ ਡਿਸਾਈਡ ਹੁੰਦਾ ਹੈ ਕਿ ਵੀ ਸਾਰੇ ਨੂੰ ਲੱਗਦਾ ਕਿ ਭਾਈ ਫੁਲਾਨਾ ਘੈਂਟ ਆ ਜਾਂ ਮੈਂ ਘੈਂਟ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਚੁਣਿਆ ਕਿਵੇਂ ਜਾਂਦਾ ਜੀ ਦੱਸੋ ਤੁਸੀਂ ਦੱਸੋ ਇਹ ਇਹਦੇ ਬਾਰੇ ਹੁਣ ਇੱਧਰ ਇਹਨਾਂ ਤੋਂ ਮੜਿਆ ਪੁੱਛ ਲਓ ਜੀ ਮੈਂ ਗੱਲ ਕਰਨਾ ਚਾਹੁੰਦਾ ਇਸ ਸਟਾਕ ਦੇ ਦੇਖੋ ਥੋੜਾ ਚਿਰ ਪਹਿਲਾਂ ਇੱਕ ਸੋਸਾਇਟੀ ਦੀਆਂ ਚੋਣਾਂ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਸਾਡੀ ਸਰਬਸੰਮਤੀ ਹੋ ਗਈ ਸੀ ਬਹੁਮਤ ਨੂੰ ਲੈ ਕੇ ਕੁਝ ਪਿੰਡ ਦੇ ਚੌਧਰ ਕਰਨ ਵਾਲੇ ਏਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅੱਜ ਕੱਲ ਜਈ ਕਈਏ ਸੋਸ਼ਲ ਮੀਡੀਆ ਤੇ ਤੇ ਫਾਨਾ ਲਿਖਿਆ ਜਾਂਦਾ ਜਿੱਤੇ ਨਿੱਜੀ ਇੱਕ ਤਾਂ ਕਿਸੇ ਦੇ ਨਾਮ ਦਾ ਜ਼ਿਕਰ ਨਾ ਕਰਿਓ ਪਲੀਜ਼ ਤੇ ਕਿਸੇ ਤੇ ਨਿੱਜੀ ਹਮਲਾ ਨਾ ਕਰਿਓ ਮੇਰੀ ਬੇਨਤੀ ਕਰਨੀ ਕਰਾਂਗੇ ਨਾਮ ਦਾ ਉਸ ਨੂੰ ਪਿੰਡ ਦੇ ਵਿੱਚ ਫਾਨਾ ਕਿਹਾ ਜਾਂਦਾ ਜੀ ਜਦੋਂ ਵੀ ਕੋਈ ਸਰਬਸੰਮਤੀ ਹੋਣ ਦੀ ਕੋਸ਼ਿਸ਼ ਕਰਦਾ ਆ ਤੇ ਉਹ ਇੱਕ ਬੰਦਾ ਸਾਈਡ ਤੇ ਜਾ ਕੇ ਪਲੈਨਿੰਗ ਕਰਨ ਲੱਪੈਂਦਾ ਆ ਕਿ ਪਿੰਡ ਵਿੱਚ ਸਰਬਸੰਮਤੀ ਨਹੀਂ ਹੋਣੀ ਚਾਹੀਦੀ ਅਸੀਂ ਦੋਨਾਂ ਜਿਹੜੇ ਵੀ ਸਾਡੇ ਕੈਂਡੀਡੇਟ ਹਨ ਪਰ ਨਹੀਂ ਲੱਗਦਾ ਕਿ ਐਡੇ ਐਡੇ ਨਾਵਾਂ ਨਾਲ ਪਿੰਡ ਜੁੜਿਆ ਹੋਵੇ ਤੇ ਜੇ ਐਸੇ ਪਿੰਡ ਦੇ ਵਿੱਚ ਬੈਠ ਕੇ ਹੀ ਸਰਪੰਤੀ ਦੇ ਨਾਲ ਫੈਸਲੇ ਹੋ ਜਾਣ ਤਾਂ ਸ਼ਾਇਦ ਪਿੰਡ ਦਾ ਵਿਕਾਸ ਹੈ ਪਰ ਸਰਕਾਰ ਦੇ ਮੈਨੂੰ ਵੱਖਰੀ ਗ੍ਰਾਂਟ ਵੀ ਮਿਲਣੀ ਹੈ ਦੇਖੋ ਅਸੀਂ ਇਹ ਤਾਂ ਇਸ ਚੀਜ਼ ਦਾ ਪ੍ਰਲੋਕ ਕੀਤਾ ਸੀ ਅਸੀਂ ਪਹਿਲਾਂ ਸੁਸਾਇਟੀ ਵਿੱਚ ਵੀ ਪ੍ਰਲੋਕ ਕੀਤਾ ਸਰਸੰਮਤੀ ਹੋਵੇ ਪੰਚਾਇਤੀ ਚੋਣਾਂ ਵਿੱਚ ਨੂੰ ਵੀ ਲੈ ਕੇ ਸਰਸੰਮਤੀ ਲਈ ਢਾਈ ਤਿੰਨ ਸੌ ਬੰਦੇ ਦਾ ਪਲਾਨਿੰਗ ਕੀਤੀ ਆ ਹਲਕੀ ਜਿਹੜੇ ਪੰਚਾਇਤ ਘਰ ਦੇ ਵਿੱਚ ਉਹ ਪਹੁੰਚੇ ਸਾਰੇ ਪਰ ਉੱਥੇ ਜਿਹੜੀ ਆ ਜਿਹੜੀ ਇੱਕ ਗੱਲ ਕਰ ਸਕਦੇ ਕੀ ਇੱਕ ਧੜਾ ਆ ਉਹ ਉੱਥੇ ਉਹ ਨਹੀਂ ਪਹੁੰਚਿਆ ਅਸੀਂ ਆਪਣੀ ਵੀਡੀਓ ਦਿੱਤੀ ਸੀ ਬਈ ਅਸੀਂ ਚੌਧਰੀ ਸਾਹਿਬ ਤੇ ਕਰਦੇ ਹਾਂ ਸਰਸੰਮਤੀ ਵੀ ਸਾਡੀ ਸਹਿਮਤੀ ਆ ਦੋਹਿਆਂ ਦੀ ਸਹਿਮਤੀ ਅਸੀਂ ਕੱਲ ਨੂੰ 9 ਵਜੇ ਜਿਹੜੀ ਆ ਉਹ ਪੰਡਿਤਪਨ ਤੁਹਾਡੇ ਪਿੰਡ ਦੇ ਵਿੱਚ ਪਾਰਟੀ ਪਾਜੀ ਜਿਆਦਾ ਭਾਰੀ ਹੈ ਜਾਂ ਫਿਰ ਇੱਕ ਜਾਤੀ ਫੈਕਟਰ ਵੀ ਹੁੰਦਾ ਜਾਂ ਉਹ ਜਿਆਦਾ ਹੈ ਵੋਟ ਬੈਂਕ ਇਥੇ ਕਿਸ ਤਰ੍ਹਾਂ ਦਾ ਜੀ ਆਬਾਦੀ ਕਿਸ ਤਰ੍ਹਾਂ ਦੀ ਹੈ ਜਿਆਦਾ ਜਿਆਦਾ ਤਾਂ ਇਹ ਰਾਲ ਮੜ ਕੇ ਬਣਾਉਣ ਵਾਲੇ ਆ ਜੀ ਅਸੀਂ ਤੇ ਇਦਾਂ ਹੈ ਹੋਰ ਤਾਂ ਕੁਝ ਨਹੀਂ ਤੁਹਾਡਾ ਹੀ ਭਾਰੀ ਹੈ ਤੁਹਾਡਾ ਹੀ ਭਾਰੀ ਹੈ ਤੜਾ ਕਹਿ ਸਕਦੇ ਹਾਂ ਹਾਂ ਜੀ ਤੜਾ ਪਾ ਸਰਦਾਰ ਜੀ ਵੀ ਆ ਗਏ ਨੇ ਸਤ ਸਤ ਸ੍ਰੀ ਅਕਾਲ ਅਸੀਂ ਉਹੀ ਗੱਲ ਕਰ ਰਹੇ ਹਾਂ ਵੀ ਸਰਪੰਚ ਚੋਣ ਵੇਲੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਧਿਆਨ ਚ ਰੱਖਣੀਆਂ ਜ਼ਰੂਰੀ ਆ ਸਰਪੰਚ ਕਿਵੇਂ ਦਾ ਹੋਵੇ ਤੁਹਾਡੇ ਪਿੰਡ ਦਾ ਕਿ ਉਹ ਤੁਹਾਡਾ ਉਮਰ ਦਾ ਤਜਰਬਾ ਵੀ ਆ ਇਸ ਤੋਂ ਪਹਿਲਾਂ ਵਾਲੇ ਸਰਪੰਚਾਂ ਨੂੰ ਕਿਵੇਂ ਦੇਖੀਏ ਵੀ ਐਤਕੀ ਵਾਲੇ ਦੀ ਗੱਲ ਹੀ ਨਾ ਕਰਿਓ ਪੰਚਾਇਤਾਂ ਹਮੇਸ਼ਾ ਤੋਂ ਬਣਦੀਆਂ ਆਈਆਂ ਵੀ ਪਹਿਲਾਂ ਵਾਲਾ ਸਿਸਟਮ ਕਿਵੇਂ ਸੀ ਤੇ ਹੁਣ ਕਿਵੇਂ ਲੱਗਦਾ ਪਹਿਨਾਂ ਵਾਲਾ ਸਿਸਟਮ ਬੱਧਿਆ ਸਕਾ ਸਾਡੇ ਆਮ ਕਰਕੇ ਸਹਿਮਤੀ ਹੁੰਦੀ ਰਹੀ ਆ ਪਰ ਅਸੀਂ ਵੀ ਹੁਣ ਵੀ ਜੋ ਲਾਏ ਬੇ ਹੁਣ ਸੈਂਟ ਜਿ ਪਹਿਲਾਂ ਸਰਸੰਤ ਹੀ ਹੁੰਦੀ ਰਹੀ ਹੈ ਹਾਂਜੀ ਹੁੰਦੀ ਰਹੀ ਹੈ ਹੁੰਦੀ ਰਹੀ ਹੈ ਨਹੀਂ ਸਰਸੰਤ ਹੀ ਹੋਈ ਸੀ ਜੀ ਇਹ ਐਡਾ ਜਾਨੀ ਆਪਣੇ ਬੜੀ ਇਹ ਪੁਰਾਣੀ ਗੱਲਾਂ ਕਰਦੇ ਨੇ ਹਾਂਜੀ ਮੈਂ ਪੁਰਾਣਾ ਬੰਦਾ ਪੁਰਾਣੀ ਗੱਲ ਕਰ ਲੈਂਦਾ ਜੀ ਜੀ ਆਪਣੇ ਟਾਈਮ ਦਾ ਬੜੀ ਸੈਂਸ 5 ਮੀਲੇ ਮੈਂ ਗੱਲ ਕਰਦਾ ਉਹ ਕੱਟੇ ਸਦਾ ਬਾਹਰ 5 ਰਹੇ ਹੈਗੇ ਆ ਉਸ ਦਾ ਬਾਹਰ 5 ਰਹੇ ਤੇ ਕਿਹਦਾ ਮਰੋਂ ਦਾ ਲਿਖਿਆ ਹੁੰਦੀ ਹੁਣ ਦੀ ਸਿਆਸਤ ਕਿਵੇਂ ਬਦਲ ਗਈ ਨਹੀਂ ਠੀਕ ਹੈ ਜੀ ਹੁਣ ਸਮੇਂ ਦੇ ਮੁਤਾਬਕ ਹੀ ਬਦਲਦੀ ਹੈ ਸਮੇਂ ਦੇ ਅਨੁਸਾਰ ਹਰ ਚੀਜ਼ ਬਦਲਦੀ ਹੈ ਹੌਣ ਇਹ ਜਜਾ ਹਾਰੇ ਦਾ ਉਸਤ ਲਖੜਾ ਇਹਦਾ ਰਜਨਾਮ ਹੋ ਗਿਆ ਹੀ ਸਭ ਕੁਝ ਪਰ ਉਹ ਇੱਕ ਨੇ ਨਹੀਂ ਮੰਨਿਆ ਮੁਰਕੇ ਥਰ ਅੱਛਾ ਕੀ ਲੱਗਦਾ ਪਿੰਡ ਦਾ ਵਿਕਾਸ ਕਿਵੇਂ ਹੋਊਗਾ ਪਿੰਡ ਅੱਗੇ ਕਿਵੇਂ ਜਾਊਗਾ ਪਿੰਡ ਦਾ ਵਿਕਾਸ ਕਰਨ ਵਾਸਤੇ ਬੰਦੇ ਖੜੇ ਆ ਜੀ ਇਹ ਬੰਦੇ ਖੜੇ ਕਰਨਗੇ ਜਿਹੜੇ ਹੁਣ ਖੜੇ ਜਨਵਰੀ ਤੋਂ ਲੱਗਦਾ ਕਿ ਸਰਪੰਚੀ ਜਨਵਰੀ ਬੰਦ ਬਿਲਕੁਲ ਬਿਲਕੁਲ ਜਿਹੜੇ ਤੜਾਗਾ ਕਰਨਗੇ ਜੀ ਇਹ ਪੂਰੀ ਤਾਂ ਮਸਲਾ ਉਹੀ ਕਿ ਪਿੰਡ ਦਾ ਵਿਕਾਸ ਕੋਈ ਵੀ ਜਦੋਂ ਚੋਣਾਂ ਦੇ ਵਿੱਚ ਆਉਂਦਾ ਚਾਹੇ ਉਹ ਐਮਐਲਏ ਦੀਆਂ ਚੋਣਾਂ ਹੋਣ ਚਾਹੇ ਐਮਪੀ ਦੀਆਂ ਹੋਣ ਚਾਹੇ ਪੰਜ ਸਰਪੰਚ ਹੋਣ ਪਹਿਲਾ ਲਫ਼ਜ਼ੇ ਹੀ ਹੁੰਦਾ ਕਿ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਾਂ ਗਲੀਆਂ ਨਾਲੀਆਂ ਵਧੀਆ ਬਣਾ ਦੇਾਂਗੇ ਪਰ ਇਹ ਮਸਲਾ ਸ਼ਾਇਦ 70 75 ਸਾਲ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਮੁੱਦਾ ਉਹੀ ਹੈ ਚਿਹਰੇ ਬਦਲਦੇ ਰਹਿੰਦੇ ਆ ਖੈਰ ਇਹ ਦੁਸਾਂਜ ਕਲਾਂ ਦੀ ਸਿਆਸਤ ਹੈ ਜੀ ਹਾਲਾਂਕਿ ਵੱਡੇ ਵੱਡੇ ਨਾਮ ਆ ਜਿਹੜੇ ਉਸ ਪਿੰਡ ਦੇ ਨਾਲ ਜੁੜੇ ਨੇ ਪਰ ਦਸਾਂਝ ਕਲਾਂ ਦੀ ਸਿਆਸਤ ਵੀ ਮੈਨੂੰ ਲੱਗਦਾ ਹੈ ਕਿ ਜਿਵੇਂ ਬਾਕੀ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਉਸੇ ਤਰ੍ਹਾਂ ਦੀ ਸਿਆਸਤ ਧੜੇ ਬੰਦੀ ਜਿਹੜੀ ਆ ਜਾਂ ਗੁੱਟਬਾਜੀ ਇੱਥੇ ਵੀ ਸਪਸ਼ਟ ਨਜ਼ਰ ਆਉਂਦੀ ਆ ਖੈਰ ਸਰਪੰਚਤਾ ਹਸਤੇ ਨੇ ਬਣਾ ਜਿਹਦੇ ਨਾਲ ਪਿੰਡ ਦਾ ਜਾਦੇ ਹਿੱਸਾ ਖੜਾ ਹੋਏਗਾ ਵੋਟਾਂ ਜਾਦੇ ਭੁਗਤਨ ਗਿਆ ਤਾਂ ਘਰ ਤੋਂ ਨਿਕਲੋ ਆਪਦੇ ਆਪਦੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਓ ਫਿਰ ਜਿਹੜੇ ਕਿਸੇ ਉਮੀਦਵਾਰ ਨੂੰ ਜ਼ਿਆਦਾ ਪਸੰਦ ਕਰਦੇ ਹੋ ਉਹਨੇ ਸਰਪੰਚ ਬਣ ਜਾਣਾ ਕੈਮਰਾਮੈਨ ਕਰਨਪ੍ਰੀਤ ਦੇ ਨਾਲ ਨਵਿੰਦਰ ਸਿੰਘ ਬਰਾੜ ਨਿਊਜ਼ 18 ਪਿੰਡ ਦੁਸਾਂਝ ਕਲਾਂ ਫਲੋਰ ਜ਼ਿਲ੍ਹਾ ਜ਼ਿਲੰਧਰ